ਸਾਡਾ ਦੰਦਾਂ ਦਾ ਐਕਸਰਾ ਓਪਜੀ ਐਕਸਰਾ ਕਰਵਾਉਣਾ ਉਹ ਰਸਤੇ ਦਾ ਮੈਨੂੰ ਨਹੀਂ ਪਤਾ ਅਤੇ ਮੈਂ ਕਿਹਾ ਬਰਾੜ ਭਾਈ ਨੂੰ ਨਾਲ ਲੈ ਕੇ ਅਤੇ ਚੱਲੇ ਹਾਂ ਘੋੜੇ ਖਾ ਲਿਓ ਅੰਦਰ ਚੱਲੀਏ ਮੈਂ ਤਾਂ ਭਰਾ ਨੇ ਅਤੇ ਰੱਜ ਗਏ ਚੱਲੀਏ ਬੋਤਲ ਬਚ ਗਈ ਯਾਰ ਕੋਈ ਦਿਲ ਨਹੀਂ ਕਰਦਾ ਮੈਂ ਤਾਂ ਜੀ ਜਿੱਥੇ ਪਕੌੜੇ ਖਾਂਦੇ ਬਾਬਾ ਬਲੋਚ ਲੋਹੜੇ ਪਕੌੜੇ ਵਾਲਾ ਸ਼ੁਕਰ ਆ ਕਿ ਤਾਂ ਬਰਾੜ ਭਾਈ ਲੈ ਆਏ ਨੇ ਪਾਕ ਮੈਡੀਕਲ ਸੈਂਟਰ ਪਹੁੰਚ ਗਏ ਤਕਰੀਬਨ ਹੁਣ ਇਨਸ਼ਾਅੱਲਾ ਆਪਣਾ ਕੰਮ ਕਰਵਾਉਣਾ ਤਾਂ ਨਿਕਲਦੇ ਹਾਂ ਪੀ ਐੱਮ ਸੀ ਪਾਕ ਮੈਡੀਕਲ ਸੈਂਟਰ ਹੈ ਚਲੋ ਜੀ ਬਰਾੜ ਭਾਈ ਬੜਾ ਜ਼ਬਰਦਸਤ ਮਾਹੌਲ ਹੈ ਜ਼ਬਰਦਸਤ ਮਾਹੌਲ ਹੈ ਨੀਚੇ ਨਾ ਬਰਾੜ ਭਾਈ ਕਾਲ ਕਰ ਰਹੇ ਨੇ ਕਿਸੇ ਨੂੰ ਦੇਖੋ ਹੁਣ ਤੂੰ ਸਲਿੱਪ ਲੈਣੀ ਸਲਿੱਪ ਲੈ ਕੇ ਤਾਂ ਫਿਰ ਉਹ ਕਮਰੇ 'ਚ ਅੰਦਰ ਜਾਵਾਂਗੇ ਸਲਿੱਪ ਲੈ ਲਈ ਹਮਨੇ ਚਲੋ ਜੀ ਇਧਰ ਹਮ ਦਾਂ ਸਮੀ ਭਾਈ ਕਾ ਐਕਸਰੇ ਕਰਵਾਏਂਗੇ ਹਾਂ ਦਾਂਤ ਸਿੱਧੇ ਕਰਨੇ ਕੇ ਲੀਏ ਇਸਕੇ ਬਾਅਦ ਔਰ ਤੋਂ ਟ੍ਰੀਟਮੈਂਟ ਕਰੇਂਗੇ ਹਾਂ ਖੁਦ ਹੀ ਇਸਕੇ ਦਾਂਤ ਜੋ ਟੇਰੇ ਹੈ ਨਾ ਉਹ ਸਾਰੇ ਇਨਸ਼ਾਅੱਲਾ ਖੁਦ ਹੀ ਠੀਕ ਕਰੇਂਗੇ ਜੀ ਮਾਸ਼ਾਅੱਲਾ ਕਾਫੀ ਇਨਵੈਸਟ ਕੀਤੀ ਹੋਈ ਹੈ ਪੀ ਐੱਮ ਸੀ ਵੱਲੋਂ ਸਾਫ ਸੁਥਰਾ ਮਾਹੌਲ ਹੈ ਠੰਡਾ ਏਰੀਆ ਯਾਰ ਇਸ ਵਕਤ ਐਕਸਰੇ ਕਰਨੇ ਲੱਗੇ ਸਮੀ ਭਾਈ ਕਾ ਹਾਂ ਯੋ ਵਾਟਸਐਪ ਸਰ
ਫੋਟੋ ਬਣ ਗਈ ਤੇ ਅਸਲ ਪਾ ਰਿਹਾ ਸਭ ਤੋਂ ਹਾਂ ਇਸ ਪਾਰਕ 'ਚ ਜਾਂਦਾ ਲੇਕਿਨ ਇੱਥੇ ਕਿ ਮਾਸ਼ਾਅੱਲਾ ਮਾਹੌਲ ਬਹੁਤ ਜ਼ਬਰਦਸਤ ਹੈ ਏ ਸੀ ਲੱਗੇ ਨੇ ਸਕੂਨ ਨਾਲ ਬਹਿ ਗਿਆ ਦੂਸਰੇ ਤਰ੍ਹਾਂ ਬਾਹਰ ਡਿਸਕਾਊਂਟ ਵੀ ਹੈ ਅਤੇ ਜਿਹੜਾ ਐਕਸਰਾ ਇੱਥੇ 600 ਦਾ ਹੋਣਾ ਬਾਹਰੋਂ ਹਜ਼ਾਰ ਫਿਰ 1200 ਦਾ ਹੋਣਾ ਮੈਂ ਅੱਧੇ ਅੱਧੇ ਪੈਸਿਆਂ ਦੀ ਬੱਚਤ ਹੈ ਡਿਸਕਾਊਂਟ ਦੇ ਵਿੱਚ ਯਾਰ ਪਾਕ ਮੈਡੀਕਲ ਸੈਂਟਰ ਇੱਥੋਂ ਐਕਸਰਾ ਓਪਜੀ ਜਿਹੜਾ ਨਾ ਉਹ ਕਰਦੇ ਨੇ ਅਤੇ ਸਮੀ ਭਾਈ ਕਿੱਦਾਂ ਨਜ਼ਰ ਆ ਰਿਹਾ ਬਾਤ ਕਰਦੇ ਹਾਂ ਤਾਂ ਸਾਹਮਣੇ ਦੰਦ ਨਜ਼ਰ ਆਤੇ ਹੈ ਸਪੇਸ ਵੀ ਹੈ ਮੈਨੇ ਇਨਸ਼ਾਅੱਲਾ ਸਾਰੀ ਖਤਮ ਕਰੇਂਗੇ ਮੈਂ ਖੁਦ 5 ਮਿੰਟ ਲੱਗੇ ਨੇ ਤਕਰੀਬਨ ਐਕਸਰਾ ਆ ਗਿਆ ਓਪਜੀ ਐਕਸਰਾ ਕਰਵਾ ਲਿਆ ਹੁਣ ਚੈੱਕ ਕਰਦੇ ਹਾਂ ਅਲੀ ਡੈਂਟਿਕ ਨੇ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਸੀ ਉਹ ਇਹ ਬਰਾਰ ਭਾਈ ਇਹਨਾਂ ਦੇ ਕਲੀਨਿਕ ਹੈ ਅਤੇ ਕਿਸਮ ਕਿਸਮ ਦਾ ਵੀ ਕਿਸੇ ਨੇ ਕਰਾਉਣਾ ਇਲਾਜ ਤਾਂ ਆ ਕੇ ਕਰਵਾ ਸਕਦਾ ਛੁਪਾਰੇ ਹਾਂਜੀ ਬਰਾਰ ਭਾਈ ਡਾਕਟਰ ਸਾਹਿਬ ਚੈੱਕ ਕਰਦੇ ਨੇ ਅਗਰ ਮਸਲਾ ਕਰੇ ਅੱਛਾ ਦੂਸਰੇ ਨੰਬਰ 'ਤੇ ਗਾਡੀ ਰੋਸ ਨਾਲ ਚੱਲ ਰਹੀ ਹੈ ਥੱਲੇ ਨੀਚੇ ਇਨਫੈਕਸ਼ਨ ਠੀਕ ਗੱਡੀ ਹੱਡੀ ਖਤਮ ਹੋ ਗਈ ਇੱਕ ਦੰਦ ਇੱਕ ਇਹ ਵਾਲਾ ਇੱਕ ਇਹ ਵਾਲਾ ਦੋ ਦੰਦ ਸਮੀ ਭਾਈ ਕੇ ਬੱਚੇ ਵਾਲੇ ਦੰਦ ਪੜੇ ਮੈਂ ਐਕਸਰਾ ਤਾਂ ਕਰਾਇਆ ਵਿੱਚ ਦੋ ਦੰਦ ਹੈ ਜਿਹੜੇ ਜਿਨ੍ਹਾਂ ਨੇ ਜੜਾ ਹੀ ਨਹੀਂ ਹੈ ਉਸ ਵਜ੍ਹਾ ਨਾਲ ਡਰਦੇ ਆ ਨਾ ਐਕਸਰਾ ਹੀ ਕਰਵਾਇਆ ਤਾਂ ਵਾਸਤੇ ਐਕਸਰਾ ਕਰਵਾਇਆ ਪਤਾ ਚੱਲਦਾ ਕੀ ਬਣਦਾ ਚਲੋ ਹੁਣ ਉੱਥੇ ਜਾ ਕੇ ਨਾ ਦੇਖਦੇ ਕੀ ਬਣਦਾ ਹੋਸਪਿਟਲ ਜਾਵਾਂਗੇ ਫਿਰ ਦੁਬਾਰਾ ਫਿਰ ਉੱਥੇ ਜਾ ਕੇ ਅਤੇ ਚੈੱਕ ਕਰਵਾਉਂਦੇ ਹਾਂ